9X Tashan Song Stories. ਦੇਖੋ ਇਹਦੇ ਆ ਮਤਲਬ ਅਸੀਂ ਜਿਹੜੇ ਗਾਣੇ ਰਿਕਾਰਡ ਕੀਤੇ ਆ ਉਹ ਤਾਂ ਅਲੱਗ ਅਲੱਗ ਕੀਤੇ ਆ ਨਿਸ਼ਾਨਾ ਤੇ ਕਰਾਊਨ ਪ੍ਰਿੰਸ ਲੇਕਿਨ ਓਬਵੀਅਸਲੀ ਜਦੋਂ ਅਸੀਂ ਵੀਡੀਓ ਪਲਾਨ ਕੀਤੀਆਂ ਫਿਰ ਉਸ ਹਿਸਾਬ ਨਾਲ ਕੀਤੀਆਂ ਵੀ ਇਕੱਠੀਆਂ ਵੀਡੀਓ ਜੇ ਪਲਾਨ ਹੋ ਜਾਣ ਕਿਉਂਕਿ ਓਬਵੀਅਸਲੀ ਆਰ ਟੂ ਫਲਾਈ ਟੂ ਕੈਲੀਫੋਰਨੀਆ ਐਲ ਏ ਉੱਥੇ ਜਾ ਕੇ ਸ਼ੂਟ ਕਰ ਲਏ ਫਿਰ ਕਿਉਂਕਿ ਬਹੀਮੀਆ ਬਾਈ ਵੀ ਬਿਜ਼ੀ ਹੁੰਦਾ ਮੈਂ ਵੀ ਬਿਜ਼ੀ ਹੁੰਦਾ ਬਹੁਤ ਕਈ ਵਾਰ ਟਾਈਮ ਕੱਢਣਾ ਬਹੁਤ ਔਖਾ ਹੁੰਦਾ ਸੋ ਇਸ ਕਰਕੇ ਲੱਕਲੀ ਅਸੀਂ ਉਸ ਹਿਸਾਬ ਨਾਲ ਪਲਾਨ ਕੀਤਾ ਵੀ ਉਸ ਸੇਮ ਵੀਕ ਦੇ ਵਿੱਚ ਦੋਨੋਂ ਵੀਡੀਓ ਪਲਾਨ ਹੋ ਜਾਣ ਤੇ ਆ ਗਾਣੇ ਲੱਕਲੀ ਮਤਲਬ ਇੱਦਾਂ ਹੀ ਬੈਕ ਟੂ ਬੈਕ ਆ ਗਏ ਉੱਦਾਂ ਡਿਲੇ ਹੋ ਗਿਆ ਸੀ ਕਰਾਊਨ ਪ੍ਰਿੰਸ ਮਤਲਬ ਥੋੜ੍ਹਾ ਪਹਿਲਾਂ ਇੱਕ ਹੋਰ ਗਾਣਾ ਆਉਣਾ ਸੀਗਾ ਇਹ ਅਸੀਂ ਬਾਅਦ 'ਚ ਕੱਢਣਾ ਸੀ ਲੇਕਿਨ ਜੋ ਮਾਲਕ ਨੂੰ ਮਨਜ਼ੂਰ ਆ ਹੈ ਟੂ ਬੀ ਬੈਕ ਟੂ ਬੈਕ ਆਈ ਥਿੰਕ ਲੋਟ ਆਫ ਫੈਨਸ ਵਾਂਟ ਇਟ ਟੂ ਸੀ ਯੂ ਨੋ ਬੈਕ ਟੂ ਬੈਕ ਸੌਂਗਸ ਦੇ ਬੀਨ ਆਸਕਿੰਗ ਫੋਰ ਅ ਵਾਈਲ ਸੋ ਇਸ ਹਿਸਾਬ ਨਾਲ ਜੋ ਵੀ ਮਾਲਕ ਦੇ ਰੰਗ ਨੇ ਉਹ ਵਧੀਆ ਹੋਇਆ ਨੇ ਆਲਰੇਡੀ ਭਾਜੀ ਦੱਸ ਚੁੱਕੇ ਨੇ ਕਿ ਇੱਕ ਤੇ ਉੱਤੇ ਵਾਲਾ ਕਹਿੰਦੇ ਨੇ ਨਾ ਉੱਪਰ ਵਾਲਾ ਡਿਸਾਈਡ ਕਰਤਾ ਇਹ ਚੀਜ਼ ਬਟ ਮੇਨਲੀ ਹਲੇ ਵੀ ਸਾਡਾ ਪਲਾਨ ਨਹੀਂ ਸੀ ਇੰਨੀ ਛੇਤੀ ਬੈਕ ਟੂ ਬੈਕ ਲਾਂਚ ਕਰਨ ਦਾ ਆਈ ਥਿੰਕ ਦ ਸੈਕਿੰਡ ਜਿਹੜੀ ਥੋੜੀ ਜਿਹੀ ਚੇਂਜਿੰਗ ਵੀ ਆਈ ਆ ਉਹ ਬੇਸਿਕਲੀ ਜਿਹੜਾ ਲੋਕਡਾਊਨ ਕਰੋਨਾ ਐਂਡ ਥੋੜਾ ਜਿਹਾ ਲੋਕਾਂ ਤੇ ਇੱਕ ਟੈਨਸ਼ਨ ਜੀ ਸੀ ਜਿਹਦੇ ਕਰਕੇ ਅਸੀਂ ਡਿਸਾਈਡ ਕੀਤਾ ਕਿ ਨਹੀਂ ਹੁਣ ਸਭ ਅਸੀਂ ਬੈਕ ਟੂ ਬੈਕ ਥੋੜਾ ਮਿਊਜ਼ਿਕ ਲਾਂਚ ਕਰਨੇ ਆ ਸਹਿਰਾ ਚ ਜਿਹ 'ਚ ਥੋੜੀ ਜਿਹੀ ਲੋਕੀ ਸੈਡ ਫੀਲ ਕਰ ਰਹੇ ਨੇ ਲੋਕੀ ਡਿਪਰੈਸ ਫੀਲ ਕਰ ਰਹੇ ਨੇ ਅਫੈਕਟਿਡ ਨੇ ਵਿਦ ਵਿਦ ਕਰੋਨਾ ਐਂਡ ਵਿਦ ਵਿਦ ਲੋਕਡਾਊਨ ਲਾਟ ਆਫ ਪੀਪਲ ਆਰ ਲੂਜ਼ਿੰਗ ਜੌਬਸ ਲਾਟ ਆਫ ਪੀਪਲ ਆਰ ਗੈਟਿੰਗ ਅਫੈਕਟਿਡ ਇਨ ਦੈਟ ਸੈਂਸ ਸੋ ਸਾਡਾ ਸੀ ਕਿ ਵੀ ਹੁਣ ਮਿਊਜ਼ਿਕ ਐਜ਼ ਅ ਮਿਊਜ਼ੀਸ਼ੀਅਨ ਅਸੀਂ ਸਾਡਾ ਕੰਮ ਹੈ ਲੋਕਾਂ ਨੂੰ ਥੋੜ੍ਹਾ ਡਿਸਟਰੈਕਟ ਕਰਨਾ ਲੋਕਾਂ ਨੂੰ ਥੋੜ੍ਹਾ ਇੰਟਰਟੇਨ ਕਰਨਾ ਸੋ ਇਹ ਪਲਾਨ ਸੀ ਕਿ ਹੁਣ ਆਪਾਂ ਇੰਨਾ ਵੇਟ ਨਹੀਂ ਕਰਨਾ ਛੇਤੀ ਇਫ ਯੂ ਕੈਨ ਰਿਲੀਜ਼ ਇਟ ਬੈਕ ਟੂ ਬੈਕ ਸੋ ਲੈਟਸ ਡੂ ਇਟ 9X ਸਟੇਸ਼ਨ ਸੌਂਗ ਸਟੋਰੀਜ਼ 9X ਸਟੇਸ਼ਨ ਸੌਂਗ ਸਟੋਰੀਜ਼